Sat Sri Akal ji, and a very good morning to everybody. As well, har jagah Australia ho rahi hai ki Australia the rule change ho gaye ji. Australia ne hun fund lene band kar de. Mera khayal hai Saturday nu tuhade sare de rubroo hoya siga. Odo changes bare dassya siga ki aa sariyan changes ho gayan, and ore baad chu eh vi naal dassya si ki bhi hun har jagah system nu abuse karan di taiyari ਕੀਤੀ ਜਾ ਰਹੀ ਹੈ ਕਿ ਵੀ ਕਿਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਚੀਜ਼ਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਹੋ ਸਕਣ ਸੋ ਦੈਟ ਤੁਹਾਨੂੰ ਸਾਰਿਆਂ ਨੂੰ ਇਹ ਹੋ ਸਕੇ ਕਿ ਚਲੋ ਯਾਰ ਹੁਣ ਜੇ ਆਪਣਾ ਕਿਤੇ ਨਹੀਂ ਹੋ ਰਿਹਾ ਆਪਣੇ 5 ਬੈਂਡ ਹੈ 5.5 ਬੈਂਡ ਹੈ ਆਪਾਂ ਜੀ ਆਸਟ੍ਰੇਲੀਆ ਵਾਲੇ ਬੰਨੇ ਹੋ ਜਾਈਏ ਤੇ ਥੋੜ੍ਹਾ ਜਿਹਾ ਮੈਂ ਕਿਹਾ ਸੀ ਕਿ ਤਰੀਕੇ ਦੇ ਨਾਲ ਚੱਲਿਓ ਐਂਡ ਨਹੀਂ ਤਾਂ ਅੱਗੇ ਰਿਜ਼ਲਟ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਕੱਲ੍ਹ ਤੋਂ ਨਹੀਂ ਇਨਫੈਕਟ ਪਰਸੋਂ ਤੋਂ ਹੀ ਇਹ ਜਿਹੜਾ ਵਾ ਕਿ ਮੰਡੇ ਤੱਕ 2 ਅਕਤੂਬਰ ਦੀ ਛੁੱਟੀ ਸੀ 3 ਤਰੀਕ ਨੂੰ ਸਭ ਕੁਝ ਠੀਕ ਰਿਹਾ 4 ਅਕਤੂਬਰ ਐਂਡ 5 ਅਕਤੂਬਰ ਅੱਜ ਹੈਗੀ ਹੈ ਐਂਡ ਜਿਹੜਾ ਵਾ ਕਿ ਵੀ ਸਟੂਡੈਂਟਸ ਦੇ ਇਹ ਕਾਲ ਆਉਣੇ ਸ਼ੁਰੂ ਹੋ ਗਏ ਨੇ ਕਿ ਜੀ ਆਇਲਸ ਤੋਂ ਬਿਨਾਂ ਵੀ ਕੀ ਆਸਟ੍ਰੇਲੀਆ ਹੋਣਾ ਸ਼ੁਰੂ ਹੋ ਗਿਆ ਕਿ ਸਾਨੂੰ ਖ਼ਬਰ ਪਤਾ ਲੱਗੀ ਹੈ ਕਿ ਜੀ ਆਸਟ੍ਰੇਲੀਆ ਨੇ ਰੂਲ ਚੇਂਜ ਕਰਤੇ ਨੇ ਤੇ ਉਹਨਾਂ ਦਾ ਵਿਦਆਊਟ ਆਇਲਸ ਵੀ ਸਟੂਡੈਂਟ ਲੈਣੇ ਸ਼ੁਰੂ ਕਰਤੇ ਨੇ ਕਾਲਜਾਂ ਦੇ ਵੀ ਕਹਿੰਦੇ ਵੀਜ਼ੇ ਲੱਗਣੇ ਸ਼ੁਰੂ ਹੋ ਗਏ ਕਹਿੰਦੇ ਜੀ ਕਿ ਡਿਪਲੋਮਾ ਲਈ ਚੱਲ ਜਾਓ ਜੀ ਤੁਹਾਡਾ 5 ਸਾਲ ਦਾ ਗੈਪ ਹੈ ਜੀ 7 ਸਾਲ ਦਾ ਗੈਪ ਹੈ ਜੀ ਉਹ ਵੀ ਐਕਸੈਪਟੇਬਲ ਹੈਗਾ ਸੋ ਸਾਰਿਆਂ ਨੂੰ ਇਹ ਚੀਜ਼ ਦੱਸ ਦੇਣਾ ਚਾਹੁੰਦਾ ਇਹ ਚੀਜ਼ਾਂ ਹੋਣੀਆਂ ਹੀ ਸੀ ਇਹ ਚੀਜ਼ਾਂ ਸਾਹਮਣੇ ਆਉਣੀਆਂ ਹੀ ਸੀ ਕਿ ਵੀ ਜਿਹੜੇ ਵਿਚਾਰੇ ਬਹੁਤ ਦੇਰ ਤੋਂ ਵਿਹਲੇ ਬੈਠੇ ਹੋਏ ਸੀ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਤੇ ਜਿਹੜਾ ਹੈਗਾ ਕਹਿ ਲਓ ਕਿ ਵੀ ਤੁਹਾਨੂੰ ਹੁਣ ਕੋਈ ਤੇ ਆਪਸ਼ਨ ਦੇਣੀ ਹੈ ਨਾ ਕੋਈ ਕਿਸੇ ਤਰੀਕੇ ਨੇ ਤੇ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਤੇ ਤੁਹਾਨੂੰ ਲੁਭਾਉਣ ਦੀ ਕੋਸ਼ਿਸ਼ ਕਰਨੀ ਹੈ ਸੋ ਐਕਚੁਅਲ ਦੇ ਵਿੱਚ ਉਹ ਚੀਜ਼ ਹੈ ਸੋ ਰਿਐਲਿਟੀ ਜੇ ਪੁੱਛੀਏ ਕਿ ਇੰਨੀਆਂ ਜ਼ਿਆਦੀਆਂ ਗਾਈਡਲਾਈਨਸ ਚੇਂਜ ਹੋਈਆਂ ਸੋ ਪਹਿਲੀ ਸਵਾਲ ਦਾ ਜਵਾਬ ਮੈਂ ਦੇ ਦਿੰਦਾ ਕਿ ਵੀ ਪਹਿਲੀ ਚੀਜ਼ ਹੈ ਕਿ ਕੋਈ ਵੀ ਏਦਾਂ ਦਾ ਰੂਲ ਨਹੀਂ ਆਇਆ ਕਿ ਜਿਹਦੇ ਤੇ ਲਿਖਿਆ ਕਿ ਜੀ ਵਿਦਆਊਟ ਆਇਲ ਜਾ ਸਕਦੇ ਆ ਸੋ ਇਹ ਬਿਲਕੁਲ ਝੂਠੀ ਜਾਂ ਕਹਿ ਲਓ ਤੁਹਾਨੂੰ ਫਸਾਉਣ ਵਾਲੀਆਂ ਗੱਲਾਂ ਕਿਤੇ ਇਹ ਨਹੀਂ ਗਾ ਕਿ ਜੀ ਤੁਸੀਂ ਗੈਪ ਤੋਂ ਬਿਨਾਂ ਗੈਪ ਤੁਹਾਡਾ ਹੈਗਾ ਜੀ 5 ਸਾਲ ਹੋ ਗਿਆ ਜੀ ਬਾਹਰ ਵੀ ਕਿਤੇ ਹੁਣ ਤੁਸੀਂ ਜਾ ਸਕਦੇ ਹੋ ਇਹ ਵੀ ਇਹ ਮੈਂ ਇੱਕ ਮਾਫੀ ਦੇਣਾ ਮੇਰੀ ਲੈਂਗੁਏਜ ਨੂੰ ਕਿ ਵੀ ਇਹ ਵੀ ਸਰਾਸਰ ਕਹਿ ਲਓ ਕਿ ਵੀ ਉਹ ਲੁਭਾਉਣ ਵਾਲੀਆਂ ਗੱਲਾਂ ਹੋਰ ਕੁਛ ਨਹੀਂ ਠੀਕ ਹੈ ਜੀ ਦੈਨ ਤੀਸਰੀ ਆ ਜਾਂਦੀ ਹੈ ਕਿ ਜੀ ਤੁਸੀਂ 10ਵੀਂ ਕੀਤੀ ਹੈ ਤੇ ਤਦ ਵੀ ਤੁਸੀਂ ਆਸਟ੍ਰੇਲੀਆ ਚੱਲੋ ਸੋ ਉਹ ਵੀ ਨਹੀਂ ਪੋਸੀਬਲ ਹੈਗਾ ਹੋਇਆ ਕੀ ਹੈ ਚੇਂਜਿਸ ਦੇ ਵਿੱਚ ਸਿਰਫ ਇੱਕੋ ਜੀ ਛੋਟੀ ਜੀ ਚੀਜ਼ ਹੋਈ ਹੈ ਦੈਟ ਇਜ਼ ਕਿ ਵੀ ਤੁਹਾਡਾ ਜਿਹੜਾ ਵਾ ਕਿ ਵੀ ਸਟੂਡੈਂਟ ਜਿਹਦਾ ਅਪਲਾਈ ਕਰਨਾ ਚਾਹ ਰਿਹਾ ਵਾ ਕਿ ਵੀ ਉਹ ਅਪਲਾਈ ਕਰ ਸਕਦਾ ਵਾ ਸਿਰਫ ਔਰ ਸਿਰਫ ਇੱਕ ਰੂਲ ਚੇਂਜ ਹੋਇਆ ਜਿੱਥੇ ਪਹਿਲੇ ਆਸਟ੍ਰੇਲੀਆ ਵਾਸਤੇ ਫੰਡ ਵਹਾਉਣ ਦੀ ਜ਼ਰੂਰਤ ਹੁੰਦੀ ਸੀ ਉੱਥੇ ਅੱਜ ਦੀ ਡੇਟ ਦੇ ਵਿੱਚ ਫੰਡ ਵਹਾਉਣ ਦੀ ਜ਼ਰੂਰਤ ਨਹੀਂ ਹੈਗੀ ਹੈ ਫੰਡ ਅੰਬੈਸੀ ਨੂੰ ਵਹਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਲੈਵਲ 3 ਕੰਟਰੀ ਦੇ ਵਿੱਚ ਹੈਗੇ ਸੀ ਇੰਡੀਆ ਲੈਵਲ 3 ਕੰਟਰੀ ਦੇ ਵਿੱਚ ਸੀ ਹੁਣ ਇੰਡੀਆ ਲੈਵਲ 2 ਦੇ ਵਿੱਚ ਆ ਗਿਆ ਦੈਟ ਮੀਨਸ ਕਿ ਵੀ ਅੰਬੈਸੀ ਨੂੰ ਡਾਕੂਮੈਂਟੇਸ਼ਨ ਦੀ ਜ਼ਰੂਰਤ ਨਹੀਂ ਹੈ ਜਦੋਂ ਅਸੀਂ ਫਾਈਲ ਤੁਹਾਡੀ ਅਪਲੋਡ ਕਰੀਦੀ ਹੈ ਹਾਈ ਕਮਿਸ਼ਨ ਦੇ ਵਿੱਚ ਪਹਿਲੇ ਉਹ ਲਿਸਟ ਆਫ ਡਾਕੂਮੈਂਟਸ ਮੰਗਦਾ ਸੀ ਅੱਜ ਦੀ ਡੇਟ 'ਚ ਉਸ ਡਾਕੂਮੈਂਟ ਦੀ ਜਿਹੜੀ ਲਿਸਟ ਹੈਗੀ ਹੈ ਉਹ ਚਾਹੁੰਦਾ ਵਾ ਕਿ ਆਪਣੀ COE ਅਪਲੋਡ ਕਰੋ ਆਪਣੇ ਐਜੂਕੇਸ਼ਨ ਡਾਕੂਮੈਂਟ ਅਪਲੋਡ ਕਰੋ ਪਾਸਪੋਰਟ ਅਪਲੋਡ ਕਰੋ ਐਂਡ SOP ਅਪਲੋਡ ਕਰੋ ਕੋਈ ਵੀ ਐਜੂਕੇਸ਼ਨ ਕੋਈ ਵੀ ਤੁਹਾਡਾ ਫਾਈਨੈਂਸ਼ੀਅਲ ਡਾਕੂਮੈਂਟ ਯਾਨੀ ਕਿ ਤੁਹਾਡੀ ਬੈਂਕ ਸਟੇਟਮੈਂਟ ਜਾਂ ਫਿਰ ਤੁਹਾਡੀ ਇਨਕਮ ਟੈਕਸ ਦੀਆਂ ਰਿਟਰਨਾਂ ਨਹੀਂ ਮੰਗ ਰਹੇ ਹੈਗੇ ਸੋ ਇਸ ਕਰਕੇ ਜਿਹੜਾ ਵਾ ਕਿ ਅੰਬੈਸੀ ਵੱਲੋਂ ਰਾਹਤ ਦਿੱਤੀ ਗਈ ਹੈ ਇਸ ਚੀਜ਼ ਨੂੰ ਲੈ ਕਰਕੇ ਕਿ ਵੀ ਤੁਹਾਨੂੰ ਕੋਈ ਵੀ ਫੰਡ ਜਾਂ ਤੁਹਾਨੂੰ ਕੋਈ ਵੀ ਆਪਣੇ ਇਨਕਮ ਦੇ ਡਾਕੂਮੈਂਟ ਵਹਾਉਣ ਦੀ ਜ਼ਰੂਰਤ ਨਹੀਂ ਇਹ ਪਾਰਟ ਹੈਗਾ ਵਾ ਅੰਬੈਸੀ ਦਾ ਹੁਣ ਅਸੀਂ ਗੱਲ ਕਰਦੇ ਹਾਂ ਯੂਨੀਵਰਸਿਟੀ ਵੱਲੋਂ ਕੋਈ ਵੀ GT ਕ੍ਰਾਈਟੀਰੀਆ ਦੇ ਵਿੱਚ ਜਾਂ ਫੰਡਸ ਨੂੰ ਲੈ ਕਰਕੇ ਕੋਈ ਵੀ ਹਜੇ ਛੂਟ ਨਹੀਂ ਦਿੱਤੀ ਗਈ ਇਹ ਰੂਲਸ ਉਹਨਾਂ ਲਈ ਲਾਗੂ ਹੁੰਦੇ ਨੇ ਕਿ ਜਿਹੜੇ ਸਟੂਡੈਂਟ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਨੇ ਜਦੋਂ ਵੀ ਤੁਸੀਂ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਗਏ ਹੋ ਤੁਹਾਨੂੰ 6 ਬੈਂਡ ਆਇਲਸ ਦੀ ਜ਼ਰੂਰਤ ਪੈਂਦੀ ਹੈਗੀ ਹੈ ਤੁਹਾਡੇ ਈ ਚ 5 ਬੈਂਡ ਵੀ ਹੈ ਕੋਈ ਦਿੱਕਤ ਨਹੀਂ ਹੈ ਐਲੀ ਕੋਰਸ ਲੱਗ ਸਕਦਾ ਹੈਗਾ ਮੈਂ ਬਟ ਜੇਕਰ ਤੁਹਾਡੇ ਬੈਂਡ ਜਿਹੜੇ ਹੈਗੇ ਆ ਕਿ ਵੀ ਓਵਰਆਲ 5.5 ਹੈਗੇ ਆ ਤਾਂ ਅੰਬੈਸੀ ਨੇ ਫਾਈਨੈਂਸ਼ੀਅਲ ਡਾਕੂਮੈਂਟ ਨਹੀਂ ਤੁਹਾਡੇ ਕੋਲ ਮੰਗੇ ਬਟ ਤੁਹਾਡੀ GT ਅਸੈਸਮੈਂਟ ਤੇ ਉਹਨੇ ਕਰਨੀ ਕਿਉਂਕਿ ਐਂਡ ਰਿਜ਼ਲਟ ਤੇ ਅੰਬੈਸੀ ਨੇ ਦੇਣਾ ਹੈਗਾ ਵਾ ਐਂਡ ਇਹ ਉਹ ਜਿਹੜੇ ਕਾਫੀ ਲੋਕ ਇਹ ਸਪਨਾ ਲਾ ਕੇ ਬੈਠੇ ਜੀ ਇਹ UK ਦਾ Tier 4 ਚਾਲੂ ਹੋ ਗਿਆ ਨਹੀਂ ਨਹੀਂ ਇਹ UK ਦਾ Tier 4 ਚਾਲੂ ਨਹੀਂ ਹੈ ਇਹ ਐਕਚੁਅਲ ਦੇ ਵਿੱਚ ਜਿਹੜਾ ਆਪਣਾ ਹੈਗਾ ਫਾਈਨੈਂਸ ਦੇ ਨਾਮ ਤੇ ਬਹੁਤ ਜ਼ਿਆਦਾ ਲੋਕ ਯਾਨੀ ਆਪਾਂ ਨੂੰ ਪੈਸੇ ਇਹ ਲਿੱਤੇ ਜਾਂਦੇ ਸੀ ਉਹ ਚੀਜ਼ਾਂ ਬੰਦ ਹੋ ਗਈਆਂ ਕਿ ਵੀ ਹੁਣ ਜੇਕਰ ਜਿਹਦੇ ਤੁਸੀਂ ਫੰਡ ਵਹਾਉਣੇ ਆ ਭਈ ਉਹ ਚ ਤੁਸੀਂ ਫੀਸ ਟ੍ਰਾਂਸਫਰ ਕਰਨੀ ਹੈ ਤੁਹਾਡੇ ਕੋਲ ਫੰਡ ਵਹਾਉਣ ਨੂੰ ਹੈਗੇ ਆ ਵੀ ਫੰਡ ਵਹਾਓ ਐਂਡ ਉਹਦੇ ਜਦੋਂ ਤੁਹਾਡੀ GT ਆ ਜਾਂਦੀ ਹੈ ਯੂਨੀਵਰਸਿਟੀ ਕੋਲੋਂ ਉਹਦੇ ਵਿੱਚੋਂ ਫੀਸ ਟ੍ਰਾਂਸਫਰ ਕਰ ਦਿਓ ਐਂਡ ਦੈਨ ਆਪਣੀ ਫਾਈਲ ਅੰਬੈਸੀ ਲਗਾ ਦਿਓ ਅੰਬੈਸੀ ਨੇ ਤੁਹਾਡੇ ਕੋਲੋਂ ਕੋਈ ਸਵਾਲ ਨਹੀਂ ਪੁੱਛਣਾ ਸੋ ਇਹ ਵਾਲੀਆਂ ਗੱਲਾਂ ਦੇ ਵਿੱਚ ਬਿਲਕੁਲ ਨਾ ਆਓ ਕਿ ਜੀ ਬਿਨਾਂ ਆਇਲਸ ਤੋਂ ਆਸਟ੍ਰੇਲੀਆ ਦਾ ਵੀਜ਼ਾ ਚਾਲੂ ਹੋ ਗਿਆ ਭਈ ਕੋਈ ਨਹੀਂ ਹੋਇਆ ਐਵੇਂ ਬੇਵਕੂਫ ਨਾ ਬਣ ਜਾਓ ਪੈਸੇ ਨਾ ਜਾਓ
ਦੂਸਰੀ ਚੀਜ਼ ਜਿਹੜੀ ਹੈ ਕਿ ਵੀ ਜਿਹੜਾ ਇਹ ਵਾਲਾ ਕੁਐਸਚਨ ਆ ਰਿਹਾ ਕਿ ਵੀ ਜੀ ਹੁਣ ਸਾਨੂੰ ਕਾਲਜ ਜਾਂ ਯੂਨੀਵਰਸਿਟੀਆਂ ਨੂੰ ਵੀ ਫੰਡ ਵਹਾਉਣ ਦੀ ਜ਼ਰੂਰਤ ਨਹੀਂ ਹੈ, ਇਹ ਵੀ ਸਰਾਸਰ ਗਲਤ ਹੈਗਾ ਵਾ। ਯੂਨੀਵਰਸਿਟੀਜ਼ ਨੇ ਆਪਣਾ ਜੀ ਟੀ ਈ ਕ੍ਰਾਈਟੀਰੀਆ ਨਹੀਂ ਚੇਂਜ ਕੀਤਾ, ਹਾਲ ਦੀ ਘੜੀ ਯੂਨੀਵਰਸਿਟੀਜ਼ ਨੇ ਆਪਣਾ ਜੀ ਟੀ ਈ ਕ੍ਰਾਈਟੀਰੀਆ ਸੇਮ ਰੱਖਿਆ ਹੈ। ਤੀਸਰੀ ਚੀਜ਼ ਹੈ ਜੀ 5-7 ਸਾਲ ਦਾ ਗੈਪ ਵੀ ਮਨਜ਼ੂਰ ਹੈ ਕਿ ਵੀ ਜੀ ਤੁਸੀਂ ਗੈਪ ਹੈਗਾ ਵਾ ਤੇ ਤਦ ਵੀ ਅਪਲਾਈ ਕਰ ਲਓ, ਇਹ ਵੀ ਗਲਤ ਹੈ। ਅੰਬੈਸੀ ਨੇ ਸਾਡੀ ਕੰਟਰੀ ਲੈਵਲ 2 ਆਉਣ ਦੇ ਨਾਲ ਸਿਰਫ ਇੰਨਾ ਫਰਕ ਪਿਆ ਕਿ ਭਾਈ ਜਿਹਦੀ ਚੈੱਕਲਿਸਟ ਲੈਵਲ 3 ਕੰਟਰੀ ਦੀ ਸੀ ਉਹ ਘੱਟ ਕੇ ਲੈਵਲ 2 ਕੰਟਰੀ ਦੀ ਚੈੱਕਲਿਸਟ ਸਾਡੀ ਬਣ ਗਈ ਹੈ। ਦੈਟ ਮੀਨ ਸਾਨੂੰ ਐਜੂਕੇਸ਼ਨ ਡਾਕੂਮੈਂਟ, SOP, ਪਾਸਪੋਰਟ ਐਂਡ COE ਜਿਹੜੀ ਕਿ ਸਾਨੂੰ ਇੰਸਟੀਟਿਊਟ ਨੇ ਇਸ਼ੂ ਕਰਨੀ ਹੈ, ਹਰ ਐਜੂਕੇਸ਼ਨ ਪ੍ਰੋਵਾਈਡਰ ਨੇ ਇਸ਼ੂ ਕਰਨੀ ਹੈ, ਉਹਨੂੰ ਅਪਲੋਡ ਕਰਨ ਦੀ ਲੋੜ ਹੈ। ਐਂਡ ਇਹ ਰੂਲ ਚੇਂਜ ਹੋਇਆ ਵਾ, ਅਸੀਂ ਲੈਵਲ 2 ਕੰਟਰੀ ਬਣੇ ਹਾਂ ਸਿਰਫ ਹਾਇਰ ਐਜੂਕੇਸ਼ਨ ਪ੍ਰੋਵਾਈਡਰ ਵਾਸਤੇ, ਨਾ ਕਿ ਜਿਹੜੇ ਕਿ ਪ੍ਰਾਈਵੇਟ ਡਿਪਲੋਮਾ ਸੈਕਟਰ ਵਾਲੇ ਕਾਲਜਿਸ ਆ ਉਹਨਾਂ ਵਾਸਤੇ। ਹਾਇਰ ਐਜੂਕੇਸ਼ਨ ਦਾ ਮਤਲਬ ਹੈ ਕਿ ਵੀ ਜਿਹੜੀ ਤੁਹਾਡੇ ਕੋਲ COE ਹੈ, ਚਾਹੇ ਡਿਪਲੋਮੇ ਦੀ, ਐਡਵਾਂਸ ਡਿਪਲੋਮੇ ਦੀ ਹੈ, ਬਟ ਜੇਕਰ ਪ੍ਰਿੰਸੀਪਲ ਕੋਰਸ ਜਿਹੜਾ ਹੈਗਾ ਵਾ ਉਹ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਹੈ, ਤਦ ਤੁਹਾਨੂੰ ਡਾਕੂਮੈਂਟ ਦੀ ਜ਼ਰੂਰਤ ਨਹੀਂ ਪਏਗੀ। ਤੇ ਜੇਕਰ ਤੁਹਾਡੇ ਕੋਲ ਐਜੂਕੇਸ਼ਨ ਡਾਕੂਮੈਂਟ ਆਪਣਾ ਸੋਰੀ ਜਿਹੜੀ ਤੁਹਾਡੀ COE ਹੈ ਸਿਰਫ ਡਿਪਲੋਮੇ ਐਡਵਾਂਸ ਡਿਪਲੋਮੇ ਦੀ ਹੈ, ਉਹਦੇ ਵਿੱਚ ਤੁਹਾਨੂੰ ਸਾਰੇ ਡਾਕੂਮੈਂਟਸ ਦੀ ਜ਼ਰੂਰਤ ਪਏਗੀ, ਕਿਉਂਕਿ ਹਾਇਰ ਐਜੂਕੇਸ਼ਨ ਦੇ ਵਿੱਚ ਨਹੀਂ ਆਉਂਦਾ। ਹਾਇਰ ਐਜੂਕੇਸ਼ਨ ਦੇ ਵਿੱਚ ਸਿਰਫ ਔਰ ਸਿਰਫ ਇੱਕੋ ਚੀਜ਼ ਆਉਂਦੀ ਹੈ, ਉਹ ਹੈ ਬੈਚਲਰ ਡਿਗਰੀ ਐਂਡ ਮਾਸਟਰ ਡਿਗਰੀ। ਸੋ ਅੱਜ ਜਿਹੜਾ ਮੇਰਾ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਉਹ ਹੈਗਾ ਸੀਗਾ ਮਕਸਦ ਸੀਗਾ, ਉਹ ਇਹ ਸੀ ਕਿ ਭਾਈ ਇਹ ਗੱਲਾਂ ਦੇ ਵਿੱਚ, ਇਹ ਅਫਵਾਹਾਂ ਦੇ ਵਿੱਚ ਨਾ ਆਇਓ ਕਿ ਵਿਦਾਊਟ ਆਇਲਸ ਆਸਟ੍ਰੇਲੀਆ ਨੇ ਚਾਲੂ ਕਰਤਾ, 5-10 ਸਾਲ ਦਾ ਗੈਪ ਵੀ ਆਸਟ੍ਰੇਲੀਆ ਨੇ ਉਹ ਚਾਲੂ ਕਰਤਾ, ਇੱਦਾਂ ਦੀਆਂ ਕੋਈ ਵੀ ਚੀਜ਼ਾਂ ਨਹੀਂ ਹੈਗੀਆਂ। ਸੋ ਇਸ ਕਰਕੇ ਆਪਣੇ ਤਰੀਕੇ ਦੇ ਨਾਲ ਆਪਣੀ ਐਪਲੀਕੇਸ਼ਨ ਨੂੰ ਦਰਜ ਕਰੋ। ਆਇਲਸ 6 ਬੈਂਡ ਚਾਹੀਦਾ ਹੀ ਚਾਹੀਦਾ ਵਾ। GTE ਕ੍ਰਾਈਟੀਰੀਆ ਅੱਜ ਵੀ ਹੈ। ਸੋ GTE ਬਹੁਤ ਲੋਕੀ ਪੁੱਛਦੇ ਹੈ GTE ਕੀ ਹੈ, GTE ਕੀ ਹੈ, ਮੈਂ GTE ਦੁਬਾਰਾ ਸਮਝਾ ਦਿੰਦਾ। GTE ਦਾ ਮਤਲਬ ਹੈ ਜੈਨੂਇਨ ਟੈਂਪਰੇਰੀ ਐਂਟਰੈਂਟ। ਸੋ ਦੈਟ ਮੀਨਸ ਕਿ ਵੀ ਜਿਹੜੇ ਵੀ ਸਟੂਡੈਂਟ ਤੁਸੀਂ ਇੱਥੋਂ ਅਪਲਾਈ ਕਰਨਾ ਚਾਹੁੰਦੇ ਹੈਗੇ ਹੋ, ਤਾਂ ਉਹਨਾਂ ਨੇ ਪਹਿਲੀ ਚੀਜ਼ ਦੇਖਣੀ ਹੈ ਕਿ ਵੀ ਜੋ ਤੁਸੀਂ ਇੱਥੇ ਸਬਜੈਕਟ ਪੜ੍ਹਿਆ ਹੈ ਕਿ ਜਿਹੜੇ ਉੱਥੇ ਸਬਜੈਕਟ ਪੜ੍ਹਨ ਲਈ ਜਾ ਰਹੇ ਹੋ ਉਹ ਰੈਲੇਵੈਂਟ ਹੈ ਕਿ ਨਹੀਂ ਹੈ, ਤੁਹਾਡਾ ਜਿਹੜਾ ਕੋਰਸ ਹੈ ਪ੍ਰੋਗਰੈਸ਼ਨ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਦੂਸਰਾ ਉਹਨਾਂ ਨੇ ਇੱਕ ਚੀਜ਼ ਦੇਖਣੀ ਹੈ ਕਿ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੀ ਮੁਕਾਮ ਹਾਸਲ ਕਰੋਗੇ ਜਦੋਂ ਤੁਹਾਡਾ ਆਪਣਾ ਇਹ ਕੋਰਸ ਖਤਮ ਕਰਨ ਤੋਂ ਬਾਅਦ ਕੀ ਬਣਨਾ ਚਾਹੁੰਦੇ ਹੋ, ਕੀ ਇਹ ਕੋਰਸ ਤੁਹਾਨੂੰ ਉਸ ਮੁਕਾਮ ਤੱਕ ਪਹੁੰਚਾਏਗਾ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ। ਜੇ ਹਾਂ ਤੇ ਫਿਰ ਉਹਦੇ ਬਾਅਦ ਚ ਤੁਹਾਡੀ ਉਹ GTE ਸਕਸੈਸਫੁਲ ਹੁੰਦੀ ਹੈ। ਜਿਹੜੀ ਯੂਨੀਵਰਸਿਟੀ ਨੇ GTE ਦੇਖਣੀ ਹੈ ਉਹਨਾਂ ਨੇ ਉਹਦੇ ਵਿੱਚ ਇੱਕੋ ਚੀਜ਼ ਦੇਖਣੀ ਹੁੰਦੀ ਹੈ ਕਿ ਭਾਈ ਤੁਹਾਡੇ ਕੋਲ ਫਾਈਨੈਂਸ਼ੀਅਲ ਕਪੈਸਿਟੀ ਹੈ, ਤੁਹਾਡੇ ਮਾਂ ਬਾਪ ਕੋਲ ਇੰਨੀ ਫਾਈਨੈਂਸ਼ੀਅਲ ਕਪੈਸਿਟੀ ਹੈ ਕਿ ਵੀ ਤੁਸੀਂ ਉੱਥੇ ਜਾ ਕਰਕੇ ਪੜ੍ਹ ਸਕਦੇ ਹੋ, ਇਹ ਪੜ੍ਹਾਈ ਦੇ ਖਰਚੇ ਨੂੰ ਚੱਲ ਸਕਦੇ ਹੋ। ਜੇ ਹਾਂ ਤੇ ਤੁਹਾਡੇ GTE ਦਾ ਕ੍ਰਾਈਟੀਰੀਆ ਮੀਟ ਹੁੰਦਾ, ਤੁਸੀਂ ਅਪਲਾਈ ਕਰ ਸਕਦੇ ਹੋ। ਰਿਕੁਆਇਰਮੈਂਟਸ ਇੱਕ ਵਾਰ ਫਿਰ ਦੱਸ ਦੇਣਾ ਤੁਹਾਨੂੰ ਸਾਰਿਆਂ ਨੂੰ, ਤੁਸੀਂ 12ਵੀਂ ਪਾਸ, 60% ਤੁਹਾਡੇ ਨੰਬਰ ਹੈ, ਆਇਲਸ ਦੇ ਵਿੱਚ ਓਵਰਆਲ 6 ਬੈਂਡ ਹੈ, ਈਚ 5 ਬੈਂਡ ਹੈ, ਮੈਰਿਡ ਜੇ, ਵਿਆਹੇ ਜੇ, ਆਪਣੇ ਸਪਾਊਸ ਨੂੰ ਆਪਣੇ ਨਾਲ ਡਿਪੈਂਡੈਂਟ ਵੀਜ਼ੇ ਤੇ ਲੈ ਕੇ ਜਾਣਾ ਚਾਹੁੰਦੇ ਹੋ, ਤੇ ਤੁਸੀਂ ਆਸਟ੍ਰੇਲੀਆ ਵਾਸਤੇ ਅਪਲਾਈ ਕਰ ਸਕਦੇ ਹੋ ਬੈਚਲਰ ਡਿਗਰੀ ਦੇ ਵਿੱਚ। ਬਹੁਤ ਅਫਵਾਹਾਂ ਹੈ ਕਿ ਸਪਾਊਸ ਨਾਲ ਨਹੀਂ ਜਾਂਦਾ, ਸਪਾਊਸ ਜਾਓਗੇ ਤੇ ਇਕੱਠੇ ਜਾਓਗੇ, ਨਹੀਂ ਤਾਂ ਕੋਈ ਵੀ ਨਹੀਂ ਜਾਂਦਾ। ਦੂਸਰੀ ਚੀਜ਼ ਹੈ ਕਿ ਵੀ ਜੇ ਗ੍ਰੈਜੂਏਟ ਹੋ, ਆਪਣਾ ਤੁਹਾਡੇ 55% ਨੰਬਰ ਹੈਗੇ ਆ, ਆਇਲਸ ਦੇ ਵਿੱਚ ਓਵਰਆਲ 6 ਬੈਂਡ, ਈਚ 5.5 ਬੈਂਡ ਹੈਗੇ ਆ, ਵਿਆਹੇ ਜੇ, ਆਪਣੇ ਸਪਾਊਸ ਨੂੰ ਆਪਣੇ ਨਾਲ ਡਿਪੈਂਡੈਂਟ ਵੀਜ਼ੇ ਤੇ ਲੈ ਕੇ ਜਾਣਾ ਚਾਹੁੰਦੇ ਹੋ, ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਵਾਸਤੇ, ਕੋਈ ਦਿੱਕਤ ਨਹੀਂ ਹੈ। ਹੁਣ ਇਸ ਵੇਲੇ ਬਹੁਤ ਵਧੀਆ ਅਪੋਰਚੁਨਿਟੀ ਹੈ ਉਹਨਾਂ ਸਟੂਡੈਂਟ ਵਾਸਤੇ ਕਿ ਜਿਨ੍ਹਾਂ ਨੇ ਆਸਟ੍ਰੇਲੀਆ ਦਾ ਅਪਲਾਈ ਕਰਨਾ ਹੈ, ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਸੀਟ ਨਹੀਂ ਮਿਲ ਪਾਈ, ਜਿਨ੍ਹਾਂ ਦਾ ਗੈਪ ਵੱਧ ਰਿਹਾ ਹੈਗਾ, ਜਿਨ੍ਹਾਂ ਦਾ ਨਿਊਜ਼ੀਲੈਂਡ ਤੋਂ ਐਪਲੀਕੇਸ਼ਨ ਰਿਜੈਕਟਿਡ ਹੈ, ਆਸਟ੍ਰੇਲੀਆ ਅੱਜ ਤੋਂ 2 ਸਾਲ ਪਹਿਲੇ ਐਪਲੀਕੇਸ਼ਨ ਰਿਜੈਕਟ ਆਪਣਾ ਜਿਹੜੀ ਹੈ ਰਿਜੈਕਟ ਹੋਈ ਹੋਈ ਹੈ, ਕੈਨੇਡਾ ਤੋਂ ਐਪਲੀਕੇਸ਼ਨ ਰਿਜੈਕਟਿਡ ਹੈ, ਕਿਤੋਂ ਵੀ ਐਪਲੀਕੇਸ਼ਨ ਰਿਜੈਕਟਿਡ ਹੈ। ਤੁਸੀਂ 12ਵੀਂ ਪਾਸ ਜੇ 2016 ਦੇ ਵਿੱਚ ਪਾਸ ਆਊਟ ਹੋ, 6 ਬੈਂਡ ਓਵਰਆਲ ਹੈ, ਕਿਤੋਂ ਵੀ ਐਪਲੀਕੇਸ਼ਨ ਰਿਜੈਕਟਿਡ ਹੈ, ਆਪਣੀ ਕੇਸ ਸਵੇਰੇ ਦੁਬਾਰਾ ਲਗਾ ਲਓ, ਕੋਈ ਸਮੱਸਿਆ ਨਹੀਂ ਆਏਗੀ। ਗ੍ਰੈਜੂਏਟ ਹੋ, ਆਇਲਸ ਦੇ ਵਿੱਚ 6 ਬੈਂਡ ਹੈ, 5.5 ਇੰਚ ਹੈ, ਜਦੋਂ ਦੀ ਗ੍ਰੈਜੂਏਸ਼ਨ ਕੀਤੀ ਹੈ ਉਹ ਤੋਂ ਲੈ ਕੇ ਟਿਲ ਡੇਟ ਤੱਕ ਦਾ ਤੁਹਾਡੇ ਕੋਲ ਸਾਰਾ ਰਿਕਾਰਡ ਹੈ, ਅਕੈਡਮਿਕ ਰਿਕਾਰਡ ਹੈਗਾ ਕਿ ਵੀ ਤੁਸੀਂ ਕੀ ਕਰ ਰਹੇ ਹੋ, ਤੇ ਅੱਗੇ ਤੁਸੀਂ ਅਪਲਾਈ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਚੀਜ਼ ਨਹੀਂ ਆਏਗੀ। ਸੋ ਅੱਜ ਵਾਸਤੇ ਸਿਰਫ ਇੰਨਾ ਹੀ, 10 ਮਿੰਟ ਵਾਸਤੇ ਲਾਈਵ ਹੋਇਆ ਸੀ, ਸੋ ਇਹ ਇਨਫੋਰਮੇਸ਼ਨ ਦੇਣੀ ਸੀ ਕਿ ਅਫਵਾਹਾਂ ਚੱਲਣੀਆਂ ਸ਼ੁਰੂ ਹੋ ਗਈਆਂ, ਥੋੜਾ ਜਿਹਾ ਤਰੀਕੇ ਦੇ ਨਾਲ ਆਪਣੇ ਆਪ ਨੂੰ ਕਹਿ ਲੈਣਾ ਕਿ ਸੰਭਾਲ ਕੇ ਚੱਲਣਾ ਕਿ ਆਇਲਸ ਦੇ ਵਿੱਚ ਜਿਹਦੀ ਰਿਕੁਆਇਰਮੈਂਟ ਹੈਗੀ ਹੈ, ਆਇਲਸ ਦੇ ਵਿੱਚ ਸਾਨੂੰ 6 ਬੈਂਡ ਚਾਹੀਦੇ ਹੀ ਚਾਹੀਦੇ ਹੈ। ਜੇਕਰ ਕਿਸੇ ਦੇ 6 ਬੈਂਡ ਤੋਂ ਘੱਟ ਹੈਗੇ ਹੈ ਤੇ ਭਾਈ ਉਹ ਬਿਲਕੁਲ ਅਪਲਾਈ ਨਾ ਕਰਿਓ, ਸਿਰਫ ਔਰ ਸਿਰਫ ਉਹ ਤੁੱਕਾ ਮਾਰਨ ਵਾਲੀ ਗੱਲ ਹੈ, ਦੜਾ ਮਾਰਨ ਵਾਲੀ ਗੱਲ ਹੈਗੀ ਹੈ। ਹਾਂ, ਕਾਫੀ ਕਾਲਜਿਸ ਐਂਡ ਹੋਰ ਬਥੇਰੀਆਂ ਆਪਸ਼ਨਸ ਹੈਗੀਆਂ ਨੇ, ਉਹ ਜਦੋਂ ਤੁਸੀਂ ਕਾਉਂਸਲਿੰਗ ਲਈ ਜਾਂਦੇ ਹੋ, ਆਪਣੇ ਕੇਸ ਅਸੈਸਮੈਂਟ ਕਰਾਉਂਦੇ ਹੋ, ਤੁਹਾਨੂੰ ਸਾਰੀਆਂ ਆਪਸ਼ਨਸ ਮਿਲ ਜਾਂਦੀਆਂ ਹੈਗੀਆਂ ਨੇ।
ਸੋ ESS ਗਲੋਬਲ ਦੇ ਆਫਿਸ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਤੇ ਚੰਡੀਗੜ੍ਹ ਚ ਗਏ। ਉੱਥੇ ਕਾਉਂਸਲਰਸ ਦੀ ਟੀਮ ਬੈਠੀ ਹੈ, ਕੰਸਲਟੈਂਟਸ ਦੀ ਟੀਮ ਬੈਠੀ ਹੈ, ਜਾ ਕਰਕੇ ਮਿਲੋ, ਆਪਣੇ ਡਾਕੂਮੈਂਟਸ ਕਰਾਓ, ਕਿਉਂਕਿ ਇਹ ਫਸਟ ਕਮ ਫਸਟ ਸਰਵ ਬੇਸਿਸ ਦੇ ਉੱਤੇ ਸਾਰਾ ਇਸ ਵੇਲੇ ਚੱਲ ਰਿਹਾ ਕਿ ਜਿੱਥੇ ਜਿੱਥੇ ਇਸ ਵੇਲੇ ਤਾਂ ਸੀਟਸ ਹਰ ਜਗ੍ਹਾ ਅਵੇਲੇਬਲ ਹੈ, ਬਟ ਜਿਵੇਂ ਜਿਵੇਂ ਰਸ਼ ਪਈ ਜਾਣਾ ਮੈਂ ਸੀਟਸ ਘਟਦੀਆਂ ਜਾਣੀਆਂ। ਸੋ ਮੇਰਾ ਅੱਜ ਤੁਹਾਡੇ ਨਾਲ ਲਾਈਵ ਹੋਣ ਦਾ ਮਕਸਦ ਇਹੀ ਸੀ ਕਿ ਵੀ ਜੇ ਤੁਸੀਂ ਡਾਇਰੈਕਟਲੀ ਮਿਲਣਾ ਚਾਹੁੰਦੇ ਹੋ, ਮੈਨੂੰ ਮਿਲਣਾ ਚਾਹੁੰਦੇ ਹੋ, ਆਪਣੀ ਫਾਈਲ ਅਸੈਸ ਕਰਾਉਣਾ ਚਾਹੁੰਦੇ ਹੋ, ਅੱਜ ਵੀ ਮੈਂ ਯਾਨੀ ਕਿ ਬੁੱਧ ਵੀਰਵਾਰ ਵਾਲਾ ਦਿਨ ਹੈ, ਅੱਜ ਵੀ ਮੈਂ 4 ਵਜੇ ਤੱਕ ਜਲੰਧਰ ਆਫਿਸ 'ਚ ਹਾਂ, ਕੱਲ ਵੀ 4 ਵਜੇ ਤੱਕ ਜਲੰਧਰ ਆਫਿਸ ਦੇ ਵਿੱਚ ਆ, ਕੱਲ ਵੀ ਆ ਕੇ ਮਿਲ ਸਕਦੇ ਹੋ, ਅੱਜ ਵੀ ਮਿਲ ਸਕਦੇ ਹੋ, ਜਾਂ ਫਿਰ ਅਗਲੇ ਹਫਤੇ ਪੂਰੇ ਕਿਸੇ ਵੀ ਦਿਨ ਆ ਕਰਕੇ ਜਲੰਧਰ ਆਫਿਸ ਆ ਕੇ ਆਪਣੇ ਡਾਕੂਮੈਂਟਸ ਦੇ ਕੇ ਆਪਣਾ ਕੇਸ ਚਾਲੂ ਕਰਾ ਸਕਦੇ ਹੋ। ਕੇਸ ਚਾਲੂ ਕਰਾਉਣ ਵਾਸਤੇ ਸਾਨੂੰ ਤੁਹਾਡੇ ਸਾਰੇ ਐਜੂਕੇਸ਼ਨ ਡਾਕੂਮੈਂਟ, ਤੁਹਾਡਾ ਪਾਸਪੋਰਟ, ਆਲ ਦਾ ਸਰਟੀਫਿਕੇਟ ਐਂਡ ਫੋਟੋਗ੍ਰਾਫ ਐਂਡ ਐਪਲੀਕੇਸ਼ਨ ਫੀਸ, ਇਹ ਸਾਰੀ ਡਾਕੂਮੈਂਟੇਸ਼ਨ ਚਾਹੀਦੀ ਹੈ। ਦੇਰ ਐਂਡ ਦੈਨ ਤੁਸੀਂ ਮੌਕੇ ਦੇ ਉੱਤੇ ਆਪਣੇ ਫਰਵਰੀ ਇਨਟੇਕ ਵਾਸਤੇ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ ਹੋ, ਕਿਉਂਕਿ ਫਰਵਰੀ ਇਨਟੇਕ ਵਾਸਤੇ ਦਿਨ ਬਹੁਤ ਹੀ ਜ਼ਿਆਦਾ ਥੋੜੇ ਰਹਿ ਚੁੱਕੇ ਹੈ। ਸੋ ਅੱਜ ਲਈ ਮੈਨੂੰ ਛੁੱਟੀ ਦਿਓ, ਥੈਂਕ ਯੂ ਵੈਰੀ ਮੱਚ। ਇੱਕ ਗੱਲ ਯਾਦ ਰੱਖਣਾ, ਅਬਿਨਾ ਆਇਲਸ ਤੋਂ ਆਸਟ੍ਰੇਲੀਆ ਨੇ ਕੋਈ ਕਾਨੂੰਨ ਚੇਂਜ ਨਹੀਂ ਕੀਤੇ ਭਾਈ, ਸੋ ਐਵੇਂ ਕਮਲੇ ਹੋ ਕਰਕੇ ਅਫਵਾਹਾਂ 'ਚ ਆ ਕਰਕੇ ਆਪਣੇ ਪਹਿਣ ਅਫਸਰ ਬੈਠੇ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ, ਹੈਵ ਅ ਵੈਰੀ ਗੁੱਡ ਡੇ।